ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਸਿਆਣਿਆਂ ਦੀ ਕਹਾਵਤ ਹੈ ਕਿ ਪਾਣੀ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਪਾਉਣਾ ਚਾਹੀਦਾ, ਪਰੰਤੂ ਜਨਾਬ ਇਹ ਕਹਾਵਤ ਹੁਣ ਉਲਟ ਹੋ ਗਈ ਜਾਪਦੀ ਹੈ, ਕਿਉਂਕਿ ਜਿਸ ਖਾਕੀ ਤੋਂ ਨਸ਼ਾ ਤਸਕਰ ਤੇ ਵੱਡੇ ਵੱਡੇ ਗੈਂਗਸਟਰ ਥਰ ਥਰ ਕੰਬਦੇ ਹੋਣ ਤਾਂ ਫਿਰ ਕਿਸ ਦੀ ਮਜਾਲ ਕਿ ਪੰਜਾਬ ਪੁਲਿਸ ਦੇ ਹੁੰਦੇ ਹੋਏ ਕੋਈ ਵਾਰਦਾਤ ਹੋ ਜਾਵੇ। ਪਰ ਜੇਕਰ ਉਹ ਖਾਕੀ ਹੀ ਖੁਦ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ੇ ਦੇ ਕਾਰੋਬਾਰ ਵਿੱਚ ਗਲਤਾਨ ਹੋ ਜਾਵੇ ਤਾਂ ਫਿਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਕਿਸ ਤਰ੍ਹਾਂ ਪੂਰਾ ਹੋਵੇਗਾ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸਮਰਾਲਾ ਵਿਖੇ, ਜਿੱਥੇ ਕਿ ਲੁਧਿਆਣਾ ਪੁਲਿਸ ਵਿੱਚ ਬਤੌਰ ਹੌਲਦਾਰ ਡਿਊਟੀ ਨਿਭਾ ਰਹੇ ਇੱਕ ਪੁਲਿਸ ਮੁਲਾਜ਼ਮ ਨੂੰ ਸਮਰਾਲਾ ਪੁਲਿਸ ਨੇ ਇੱਕ ਨਾਕੇ ਦੌਰਾਨ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਸਮਰਾਲਾ ਮੁਤਾਬਕ ਪੁਲਿਸ ਨੇ ਉਸ ਪੁਲਿਸ ਮੁਲਾਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਪਾਹੀ ਲੁਧਿਆਣੇ ਡਿਊਟੀ ਕਰ ਰਿਹਾ ਸੀ, ਇਹਦਾ ਨੰਬਰ ਹੈਗਾ 4925, ਉੱਥੋਂ ਸਸਪੈਂਡ ਹੋਇਆ ਸੀ। ਇਹ ਸਮੈਕ ਪੀਂਦਾ ਵੀ ਆ, ਵੇਚਣ ਦਾ ਵੀ ਕੰਮ ਕਰਦਾ ਸੀ। ਇਹਦੇ ਕੋਲੋਂ ਇਹ ਸੀ ਚਰਨਜੀਤ ਸਿੰਘ ਨੇ ਮਾਸੀ ਵਾਲਾ ਰੋਡ 'ਤੇ ਸੂਏ ਤੋਂ 8 ਗ੍ਰਾਮ ਸਮੈਕ ਫੜ ਕੇ ਇਹਨੂੰ ਅਰੈਸਟ ਕੀਤਾ ਅਤੇ ਇਸ ਨੂੰ ਜੁਡੀਸ਼ਲ ਭੇਜ ਦਿੱਤਾ ਅਤੇ ਕਾਰਵਾਈ ਤਰਤੀ ਸਕੇ ਜਾਏ। ਕੀ ਨਾਮ ਆ ਜੀ? ਵਿਜੇ ਕੁਮਾਰ। ਕਿੱਥੇ ਦਾ ਰਹਿਣ ਵਾਲਾ ਸੀ? ਇਹ ਇੱਥੇ ਸਮਰਾਲੇ ਦਾ ਸੀ, ਦਰਵਾਜੇ ਕੋਲ ਦਾ ਘਰ ਸੀਗਾ, ਤੰਗ ਮੱਲਾ। ਤਾਂ ਗੱਲ ਇਹ ਆ ਵੀ ਜੇ ਕੋਈ ਇਹੋ ਜਿਹੇ ਮਾੜੇ ਨਸ਼ੇ ਨੇ, ਸਾਰੇ ਲਈ ਮਾੜੇ ਨੇ ਇਹ ਨਸ਼ੇ, ਬੱਚਿਆਂ ਲਈ ਜਾਂ ਹੋਰ ਕੋਈ ਵੀ ਕਰਦਾ ਨਸ਼ਾ ਮਾੜਾ, ਉਹਨੂੰ ਜੇ ਕੋਈ ਮਿਲਦਾ ਉਹਨੂੰ ਅਸੀਂ ਬਖਸ਼ ਦੇਣੀ ਹੈ, ਉਹਨੂੰ ਅਰੈਸਟ ਕਰਕੇ ਉਹਦੇ ਕਾਰਵਾਈ ਕਰਨੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।